ਇਹ ਜੋ ਆਪਣੇ ਆਪ ਨੂੰ ਮਿਲਿਆ ਉਹ ਚੇਤੇ ਨਹੀਂ ਰੱਖਦਾ, ਜੋ ਦੂਜੇ ਦੇ ਨਿਕਲਦਾ ਉਹ ਪੁੱਛਦਾ। ਜੇ ਕੋਈ ਜਿਸ ਤੋਂ ਪੁੱਛਿਆ ਜਾ ਰਿਹਾ ਉਹ ਬਾਹੀਆਂ ਦੀ ਥਾਂ 24 ਬੋਰੀਆਂ ਕਹਿ ਦੇ, 24 ਦੇ ਥਾਂ 26 ਕਹਿ ਦੇ, ਅਤੇ ਮਾਫ਼ ਕਰਿਓ ਇਹਦੀਆਂ 2 ਵੀ ਘੱਟ ਨਿਕਲਣ, ਇਹਨੂੰ ਸਬਰ ਨਹੀਂ ਆਉਂਦਾ। ਉਹੀ ਸੋਚਦਾ ਰਹਿੰਦਾ ਉਹਦੇ ਵੱਧ ਕਿਉਂ ਨਿਕਲ ਆਏ, ਝਾੜ ਉਹਦੇ ਕਿਉਂ ਵੱਧ ਗਿਆ। ਇਸ ਤਰ੍ਹਾਂ ਮਨੁੱਖ ਜਿੰਨੀ ਦੇਰ ਦੂਜੇ ਵੱਲ ਵੇਖੇਗਾ ਉਨੀ ਦੇਰ ਅਸ਼ਾਂਤ ਰਹਿੰਦਾ, ਅੰਦਰੋਂ ਤਪਦਾ ਰਹਿੰਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਇੱਕ ਇਨਸਾਨ ਨੂੰ ਉਪਦੇਸ਼ ਦਿੱਤਾ, ਇਹ ਮਨੁੱਖ ਜੇ ਤੂੰ ਸੁਖੀ ਅਤੇ ਸ਼ਾਂਤ ਰਹਿਣਾ ਚਾਹੁੰਦਾ ਕਦੇ ਦੂਜੇ ਦੇ ਪਦਾਰਥ ਵੱਲ ਨਾ ਵੇਖ, ਜੋ ਤੈਨੂੰ ਰੱਬ ਨੇ ਦਿੱਤਾ ਉਹ ਚੇਤੇ ਕਰਕੇ ਸ਼ੁਕਰ ਕਰ। ਸਤਨਾਮ ਸ੍ਰੀ ਚੇਤੇ ਕਰ ਰਮਈਆ ਕੇ ਗੁਣ ਚੇਤ ਪਰਾਨੀ ਕਵਣ ਮੂਲ ਤੇ ਕਵਨ ਦ੍ਰਿਸ਼ਟਾਨੀ। ਇੱਕ ਵਾਰ ਪੜ੍ਹੋ ਪਿਆਰ ਨਾਲ। ਚੇਤੇ ਕੀ ਕਰਨਾ, ਗੁਣ ਦਾ ਅਰਥ ਹੈ ਪਰਉਪਕਾਰ, ਰੱਬ ਦੇ ਕੀਤੇ ਪਰਉਪਕਾਰ ਚੇਤੇ ਕਰ। ਰਮਈਆ ਕੇ ਗੁਣ ਚੇਤ ਪਰਾਨੀ ਕਵਣ ਮੂਲ ਤੇ ਕਵਨ ਦ੍ਰਿਸ਼ਟਾਨੀ, ਤੂੰ ਕੀ ਸੀ ਅਤੇ ਤੈਨੂੰ ਰੱਬ ਨੇ ਕੀ ਬਣਾ। 30 ਸਾਲ ਪਹਿਲਾਂ ਪਿੱਛੇ ਝਾਤ ਮਹਰ ਤੇਰੇ ਕੋਲ ਕੀ ਸੀ, 30 ਸਾਲਾਂ ਵਿੱਚ ਇੰਨਾ ਖਾ ਕੇ ਪਹਿਨ ਕੇ ਹੰਢਾ ਕੇ ਵਰਤ ਕੇ ਤੇਰੇ ਕੋਲ ਫਿਰ ਲੱਖਾਂ ਦਾ ਪਿਆ, ਰੱਬ ਦਾ ਸ਼ੁਕਰ ਕਰ। ਹੱਥ ਜੋੜ ਕੇ ਸ਼ੁਕਰਾਨੇ ਵਿੱਚ ਕਿਹਾ ਕਰ ਸਤਨਾਮ ਸ੍ਰੀ, ਫਿਰ ਤੈਨੂੰ ਸਬਰ ਆ ਜਾਏਗਾ। ਸਬਰ, ਜਿਹਨੂੰ ਸਬਰ ਆ ਜਾਏ ਉਹ ਸਿੱਧਾ ਰੱਬ ਦੇ ਨੇੜੇ ਹੋ ਜਾਂਦਾ। ਇਹੀ ਇੱਕ ਤਰੀਕਾ ਰੱਬ ਨੂੰ ਮਿਲਣ ਦਾ। ਹਜ਼ੂਰ ਨੇ ਕਿਹਾ ਸਬਰ ਅੰਦਰ ਸਾਬਰੀ ਤਾਨੇ ਵਹਿ ਜਾਲੇਨ ਹੋਣ ਨ ਜੀ ਕੋ ਖੁਦਾਏ ਦੈ ਭੇਤ ਨਾ ਕਿਸੇ ਦੇਨ। ਕਿਸੇ ਨੇ ਬਾਬਾ ਫਰੀਦ ਨੂੰ ਪੁੱਛਿਆ, ਫਰੀਦ ਸਾਹਿਬ ਖੁਦਾ ਦੇ ਨੇੜੇ ਰਹਿੰਦੇ ਹੋ, ਖੁਦਾ ਵਾਲਿਓ, ਮੈਂ ਵੀ ਨਵਾਜ਼ ਪੜ੍ਹਦਾ, ਮੈਂ ਵੀ ਰਮਜ਼ਾਨ ਦੇ ਰੋਜ਼ੇ ਰੱਖਦਾ, ਹਰ ਰੋਜ਼ ਮੇਰੀ ਇੰਨੀ ਭਗਤੀ ਹੈ, ਮੈਨੂੰ ਕਿਉਂ ਨਹੀਂ ਖੁਦਾ ਮਿਲਦਾ। ਮੈਂ 5 ਵਕਤ ਦਾ ਪੱਕਾ ਨਵਾਜ਼ੀ ਹੈ, ਰਮਜ਼ਾਨ ਦੇ ਪੱਕੇ ਰੋਜ਼ੇ ਮੇਰੇ 40 ਪੱਕੇ ਨੇ, ਫਿਰ ਮੈਨੂੰ ਇਹ ਦੱਸੋ ਮੈਨੂੰ ਕਿਉਂ ਨਹੀਂ ਖੁਦਾ ਦੇ ਦੀਦਾਰ ਹੋਏ। ਬਾਬਾ ਫਰੀਦ ਨੇ ਕਿਹਾ ਕਿਤੇ ਖੋੜ ਹੈ ਤੇਰੇ ਜੀਵਨ ਵਿੱਚ, ਉਹ ਲੱਭ। ਤੇਰੇ ਜੀਵਨ ਵਿੱਚ ਖੋੜ ਹੈ ਕਿਤੇ, ਬਾਹਰੋਂ ਘੜੇ ਨੂੰ ਤਰੇੜ ਪੈ ਜਾਏ, ਵਿਚਲਾ ਪਾਣੀ ਸਹਿਜੇ ਸਹਿਜੇ ਕਰਕੇ ਚੋ ਜਾਂਦਾ, ਘੱਟ ਜਾਂਦਾ, ਉਹ ਪੱਕਾ ਨਹੀਂ ਰਹੇਗਾ, ਪਹਿਲਾਂ ਉਹਦੀ ਖੋੜ ਵੇਖ। ਇੱਕ ਕਿਸਾਨ ਨੂੰ ਸੋਚਣਾ ਪੈਂਦਾ ਜੇ 2 ਘੰਟੇ ਉਹਦਾ ਟਿਊਬਵੈੱਲ ਮੋਟਰ ਚੱਲ ਜਾਏ ਅਤੇ ਕਿਆਰਾ ਪਾਣੀ ਨਾਲ ਨਾ ਭਰੇ, ਉਹਨੂੰ ਸੋਚਣਾ ਪੈਂਦਾ ਕਿਉਂ ਨਹੀਂ ਭਰਿਆ, ਪਾਣੀ ਕਿੱਧਰ ਜਾ ਰਿਹਾ। ਫਿਰ ਉਹ ਉੱਠ ਕੇ ਪੂਰੇ ਕਿਆਰੇ ਦਾ ਰੌਂਡ ਲਾਉਂਦਾ, ਫਿਰ ਉਹਨੂੰ ਨਜ਼ਰ ਪੈਂਦਾ ਕਿਸੇ ਨਾ ਕਿਸੇ ਵੱਟ ਵਿੱਚ ਕੋਈ ਚੂਹੇ ਦੀ ਖੋੜ ਹੈ, ਪਾਣੀ ਕਿਸੇ ਹੋਰ ਪਾਸੇ ਜਾ ਰਿਹਾ। ਜਦੋਂ ਉਸ ਖੁੱਡ ਨੂੰ ਪੂਰ ਦਿੰਦਾ ਫਿਰ ਥੋੜ੍ਹੇ ਮਿੰਟਾਂ ਵਿੱਚ ਹੀ ਕਿਆਰਾ ਭਰ ਜਾਂਦਾ। ਹਜ਼ੂਰ ਨੇ ਕਿਹਾ ਇਸ ਤਰ੍ਹਾਂ ਧਰਮ ਦੇ ਕਰਮ ਕਰਨ ਵਾਲਿਓ, ਜਿੰਨੀ ਦੇਰ ਅੰਦਰ ਸਬਰ ਨਹੀਂ, ਕਿਤੇ ਨਾ ਕਿਤੇ ਅੰਦਰ ਤ੍ਰਿਸ਼ਨਾ ਦੀ ਖੋੜ ਹੈ, ਦੂਜਿਆਂ ਦੇ ਘਰ ਵੱਲ ਝਾਕਣ ਵਾਲਿਓ, ਜਿਹੜਾ ਦੂਜੇ ਦੇ ਪਦਾਰਥ ਵੱਲ ਝਾਕਦਾ ਉਸ ਬੰਦੇ ਦੇ ਅੰਦਰ ਸਬਰ ਨਹੀਂ ਆਉਂਦਾ, ਔਰ ਬਿਨਾਂ ਸਬਰ ਤੋਂ ਰੱਬ ਕਦੇ ਨਹੀਂ ਮਿਲਦਾ। ਹਜ਼ੂਰ ਨੇ ਫਿਰ ਉਹ ਬਚਨ ਕਿਹਾ, ਬਾਬਾ ਫਰੀਦ ਸਾਹਿਬ ਨੇ ਕਹਿਣ ਲੱਗੇ ਟੁੱਟਿੰਦੀ ਏ ਸੁਹਾਗ ਕੋ, ਰੱਬ ਨੂੰ ਲੱਭਣ ਵਾਲਿਆ ਤੋ ਤਨਕਾਈ ਕੋਰ, ਤੇਰੇ ਸਰੀਰ ਵਿੱਚ ਹੀ ਕਿਤੇ ਖੋੜ ਹੈ, ਕਿਤੇ ਕਮੀ ਹੈ ਤੇਰੇ ਜੀਵਨ ਵਿੱਚ। ਜਿਨ੍ਹਾਂ ਨਾਉ ਸੁਹਾਗਣੀ ਤਿਨਾ ਚਾਕ ਨਾ ਹੋਰ, ਜਿਨ੍ਹਾਂ ਦਾ ਨਾਮ ਸੁਹਾਗਣੀ ਹੁੰਦਾ ਉਹ ਕਿਸੇ ਦੂਜੇ ਵੱਲ ਝਾਕ ਨਹੀਂ ਰੱਖਦੇ, ਆਪਣੇ ਪਤੀ ਦੇ ਘਰ ਤੋਂ ਸਿਵਾਏ ਕਿਸੇ ਹੋਰ ਘਰ ਵੱਲ ਝਾਕ ਨਹੀਂ, ਉਹ ਸੁਹਾਗਣ ਖਵਾਉਂਦੀ ਹੈ। ਚਿੱਤੇ ਰੱਖੀ ਜਿਹਨੂੰ ਰੱਬ ਦੀਆਂ ਦਿੱਤੀਆਂ ਦਾਤਾਂ 'ਤੇ ਸਬਰ ਹੈ, ਕਿਸੇ ਦੂਜੇ ਦੇ ਪਦਾਰਥ ਵੱਲ ਝਾਕ ਨਹੀਂ ਰੱਖਦਾ, ਉਹਨੂੰ ਰੱਬ ਮਿਲ ਜਾਂਦਾ। ਇਸ ਲਈ ਦੂਜੇ ਵੱਲ ਨਾ ਵੇਖੋ ਉਹਨੂੰ ਕੀ ਮਿਲਿਆ, ਜੋ ਤੈਨੂੰ ਦਿੱਤਾ ਉਹ ਚੇਤੇ ਕਰ। ਰਮਈਆ ਕੇ ਗੁਣ ਚੇਤ ਪਰਾਨੀ ਕਵਣ ਮੂਲ ਅਤੇ ਕਵਨ ਦ੍ਰਿਸ਼ਟਾਨੀ, ਜਿਨ ਤੋਂ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਨੇ ਉਵਾਰਿਆ, ਬਾਹਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋ ਬਨ ਭੋਜਨ ਸੁਖ ਸੂਦ, ਬਿਰਧ ਭਇਆ ਉੱਪਰ ਸਾਕ ਸੈਨ ਮੁੱਖ ਪਿਆਓ ਬੈਠ ਕੋ ਦੇਨ। ਪਰ ਬੰਦੇ ਦੀ ਬਦਕਿਸਮਤੀ ਇਹ ਰੱਬ ਦੇ ਕੀਤੇ ਪਰਉਪਕਾਰ ਚੇਤੇ ਨਹੀਂ ਰੱਖਦਾ, ਇਹਨੂੰ ਭੁੱਲ ਜਾਂਦਾ ਮੈਨੂੰ ਕੀ ਕੁਝ ਮਿਲਿਆ, ਜੋ ਨਹੀਂ ਮਿਲਿਆ ਉਹਦਾ ਰੋਸ ਕਰਦਾ। ਇਹ ਨਿਰਗੁਣ ਗੁਣ ਕਛੂ ਨਾ ਬੁੱਝੇ, ਬਖਸ਼ ਲਿਹੋ ਤਾਂ ਨਾਨਕ ਸੀਜੇ। ਹਜ਼ੂਰ ਨੇ ਕਿਹਾ ਪਹਿਲਾਂ ਮਨ ਵਿੱਚ ਸਬਰ ਰੱਖ,
ਜੋ ਤੈਨੂੰ ਮਿਲਿਆ ਉਹ ਚੇਤੇ ਕਰ, ਇੱਥੋਂ ਧਰਮ ਸ਼ੁਰੂ ਹੁੰਦਾ। ਆਹ ਇੱਕ ਬੇਨਤੀ ਧਿਆਨ ਨਾਲ ਸਮਝਿਓ। ਹੋਰ ਧਰਮ ਇਕੱਲਾ ਪੂਜਾ ਪਾਠ ਕਰਨਾ ਨਹੀਂ ਹੈ, ਇਹ ਠੀਕ ਹੈ, ਬਾਹਰੋਂ ਪਾਠ ਕਰਨਾ ਚਾਹੀਦਾ, ਗੁਰੂ ਨੇ ਨੇਮ ਦਿੱਤਾ ਇਸ ਵਾਸਤੇ ਕਿ ਰੋਜ਼ ਆਪਣੇ ਮਨ ਨੂੰ ਪੜ੍ਹ, ਰੋਜ਼ ਇਹ ਗੁਰੂ ਦੇ ਬਾਣੀ ਉਪਦੇਸ਼ ਦੀ ਸਟੱਡੀ ਕਰ, ਤੈਨੂੰ ਸਮਝ ਪਏ। ਪਰ ਇਕੱਲਾ ਪੂਜਾ ਪਾਠ ਕਰਨਾ ਧਰਮ ਨਹੀਂ। ਹਜ਼ੂਰ ਨੇ ਕਿਹਾ ਇਸ ਤੋਂ ਅੱਗੇ ਇੱਕ ਕੰਮ ਕਰਨ ਵਾਲਾ, ਆਪਣੇ ਮਨ ਨੂੰ ਪੜ੍ਹ, ਕਿਤੇ ਇਹ ਬੇਸਬਰਾ ਤਿਨੀ, ਕਿਤੇ ਇਹ ਨਸ਼ੁਕਰਾ ਤਿਨੀ, ਰੱਬ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰ ਕਰਿਆ ਕਰ, ਤੇਰੇ ਮਨ ਨੂੰ ਸਬਰ ਆ ਜਾਏਗਾ। ਜਿਹਨੂੰ ਸਬਰ ਆ ਜਾਏ ਉਹ ਦੁੱਖ ਵਿੱਚ ਵੀ ਸੁਖੀ ਰਹਿੰਦਾ, ਜਿਹਨੂੰ ਸਬਰ ਆ ਜਾਏ ਉਹ ਰੱਬ ਦੇ ਦਿੱਤੇ ਹੁਕਮ ਵਿੱਚ ਤੁਰ ਪੈਂਦਾ। ਤੁਹਾਨੂੰ ਜਪਜੀ ਸਾਹਿਬ ਦੀ ਪੌੜੀ ਯਾਦ ਹੈ, ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਅੰਗ 'ਤੇ ਹੀ, ਉੱਥੇ ਮਹਾਰਾਜ ਨੇ ਕਿਹਾ ਕਿਸੇ ਸਿਆਣਪ ਨਾਲ ਰੱਬ ਨਹੀਂ ਮਿਲਦਾ। ਕੋਈ ਗਿਣ ਕੇ ਲੱਖ ਵਾਰ ਇਸ਼ਨਾਨ ਕਰਕੇ ਕਵੇ ਮੈਂ ਸੁੱਚਾ ਹੋ ਗਿਆ, ਰੱਬ ਬਿਲਕੁਲ ਨਹੀਂ ਮਿਲੇਗਾ। ਕੋਈ ਭੁੱਖਾ ਰਹਿ ਕੇ ਕਵੇ ਮੈਂ ਇੰਨੀ ਆਪਣੀ ਲਿਵ ਜੋੜ ਲਈ ਮੈਨੂੰ ਰੱਬ ਮਿਲ ਜਾਏਗਾ, ਹਜ਼ੂਰ ਨੇ ਕਿਹਾ ਨਹੀਂ ਮਿਲਦਾ। ਨਾ ਭੁੱਖਿਆਂ ਰਹਿ ਕੇ ਮਿਲਦਾ, ਨਾ ਸੋਚ ਇਸ਼ਨਾਨ ਕਰਕੇ ਲੱਖ ਵਾਰ ਇਸ਼ਨਾਨ ਕੀਤਿਆਂ ਮਿਲਦਾ, ਨਾ ਬਹੁਤੀਆਂ ਸਿਆਣਪਾਂ ਨਾਲ ਮਿਲਦਾ, ਨਾ ਕੋਈ ਕਵੇ ਮੈਂ ਚੁੱਪ ਰਹਿਣ ਲੱਗ ਪਿਆ, ਬੋਲਦਾ ਹੀ ਨਹੀਂ ਮੈਂ ਦੁਨੀਆ ਨਾਲ, ਫਿਰ ਮੈਨੂੰ ਰੱਬ ਮਿਲੇਗਾ। ਹਾਂ, ਗੁਰਸਿੱਖ ਦਾ ਇਹ ਜੀਵਨ ਜਾਚ ਗੁਰੂ ਨੇ ਦਿੱਤੀ ਹੈ, ਉਹ ਘੱਟ ਖਾਂਦਾ, ਘੱਟ ਬੋਲਦਾ, ਘੱਟ ਸੁਣਦਾ, ਇਹ ਉਹਦੀ ਨਿਸ਼ਾਨੀ ਜ਼ਰੂਰ ਹੈ, ਪਰ ਇਹ ਨਹੀਂ ਕਿ ਉਹ ਬਿਲਕੁਲ ਨਹੀਂ ਬੋਲਦਾ। ਹਜ਼ੂਰ ਨੇ ਕਿਹਾ ਚੁੱਪ ਰਹਿਣ ਨਾਲ ਵੀ ਰੱਬ ਨਹੀਂ ਮਿਲਦਾ। ਮਹਾਰਾਜ, ਫਿਰ ਕਿਵੇਂ ਕਿਸੇ ਦਾ ਜੀਵਨ ਸਚਿਆਰ ਹੋਵੇ, ਕਿਵੇਂ ਪਰਮਾਤਮਾ ਮਿਲਦਾ? ਤਾਂ ਹਜ਼ੂਰ ਨੇ ਕਿਹਾ ਇੱਕੋ ਹੀ ਤਰੀਕਾ ਹੈ, ਜਿੱਦਣ ਰੱਬ ਦੀ ਵਰਤਾਈ ਹੋਈ ਜੁਗਤ ਹੁਕਮ ਵਿੱਚ ਸਿੱਖ ਤੁਰਨ ਲੱਗ ਪੈਂਦਾ, ਜਿੱਦਣ ਜੋ ਰੱਬ ਨੇ ਉਹਨੂੰ ਲਿਖਿਆ ਉਹਨੂੰ ਲੈ ਕੇ ਉਹ ਖੁਸ਼ ਰਹਿਣ ਲੱਗ ਪੈਂਦਾ, ਉੱਦਣ ਉਹਨੂੰ ਪਰਮਾਤਮਾ ਮਿਲ ਪੈਂਦਾ। ਜਿੰਨੀ ਦੇਰ ਰੱਬ ਦੇ ਲਿਖੇ ਉੱਤੇ ਖੁਸ਼ ਨਹੀਂ ਰਹਿੰਦਾ, ਉੱਨੀ ਦੇਰ ਉਹਨੂੰ ਸਬਰ ਨਹੀਂ ਆਉਂਦਾ, ਸ਼ੁਕਰਾਨਾ ਨਹੀਂ ਕਰਦਾ, ਉਹਨੂੰ ਪਰਮਾਤਮਾ ਕਦੇ ਨਹੀਂ ਮਿਲਦਾ। ਧਰਮ ਹੀ ਇਹ ਹੈ ਕਿ ਉਹਦੇ ਲਿਖੇ ਹੋਏ ਹੁਕਮ ਵਿੱਚ ਤੁਰ। ਪੌੜੀ ਤੁਹਾਨੂੰ ਯਾਦ ਹੈ ਜਿੱਥੇ ਹਜ਼ੂਰ ਸੱਚੇ ਪਾਤਸ਼ਾਹ ਨੇ ਕਿਹਾ ਸੋਚੈ ਸੋਚ ਨਾ ਹੋਵਈ, ਗਿਣ ਕੇ ਇਸ਼ਨਾਨ ਕਰ ਲਈ ਭਾਵੇਂ, ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹ ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਪਾਰ ਸਹਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ। ਫਿਰ ਸਵਾਲ ਕੀਤਾ ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ, ਅਤੇ ਜਵਾਬ ਕੀ ਆ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਜੋ ਤੇਰੇ ਨਾਲ ਰੱਬ ਨੇ ਹੁਕਮ ਲਿਖਿਆ ਉਸ ਹੁਕਮ ਵਿੱਚ ਤੁਰ ਪਾ, ਜੋ ਤੈਨੂੰ ਲਿਖਿਆ ਹੋਇਆ ਉਹਨੂੰ ਸੱਤ ਕਰਕੇ ਪ੍ਰਵਾਨ ਕਰ, ਜੋ ਤੈਨੂੰ ਰੱਬ ਨੇ ਰਜ਼ਾ ਵਿੱਚ ਰੱਖਿਆ ਉੱਤੇ ਰੋਸ ਨਾ ਕਰੀ, ਮੈਨੂੰ ਆਹ ਕਿਉਂ ਨਹੀਂ ਮਿਲਿਆ, ਆਹ ਘੱਟ ਕਿਉਂ ਮਿਲ ਗਿਆ, ਆਹ ਮੈਨੂੰ ਇਸ ਤਰ੍ਹਾਂ ਕਿਉਂ ਹੋ ਗਿਆ, ਰੋਸ ਨਾ ਕਰੀ, ਜੋ ਰੱਬ ਦਿੰਦਾ ਉਹਦਾ ਸ਼ੁਕਰ ਕਰਕੇ ਕਹਿ ਸਤਨਾਮ ਸ੍ਰੀ ਵਾਹਿਗੁਰੂ। ਚੇਤੇ ਰੱਖੀ ਉਹ ਕਈ ਵਾਰ ਇਸ਼ਾਵਾਂ ਪੂਰੀਆਂ ਨਹੀਂ ਕਰਦਾ, ਜਿੱਦਣ ਕੋਈ ਉਹਦੇ ਉੱਤੇ ਵਿਸ਼ਵਾਸ ਰੱਖ ਕੇ ਅਰਦਾਸ ਕਰੇ, ਇੱਛਾ ਨਾ ਪੂਰੀ ਹੋਣ 'ਤੇ ਵੀ ਪਿਆਰ ਰੱਖੇ, ਫਿਰ ਇੰਨਾ ਕੁਝ ਦੇ ਦਿੰਦਾ, ਦੁਨੀਆ ਦੇ ਤਮਾਮ ਪਦਾਰਥ ਉਹਦੇ ਸਾਹਮਣੇ ਚੁੱਕ ਜਾਂਦੇ, ਕੁੱਲ ਦੁਨੀਆ ਦਾ ਧਨ ਉਸ ਬੰਦੇ ਨੂੰ ਮਿਲ ਜਾਂਦਾ, ਉਹਨੂੰ ਗੁਰੂ ਪਾਤਸ਼ਾਹਾਂ ਦਾ ਪਾਤਸ਼ਾਹ ਬਣਾ ਦਿੰਦਾ, ਜਿੱਦਣ ਕੋਈ ਉਹਦੇ ਲਿਖੇ ਹੋਏ ਹੁਕਮ ਵਿੱਚ ਤੁਰ ਪਏ, ਉਹਦੀ ਰਜ਼ਾ ਵਿੱਚ ਤੁਰ ਪਏ। ਦੋ ਸ਼ਬਦ ਇਕੱਠੇ ਕਹੇ ਨੇ, ਹੁਕਮ ਰਜਾਈ ਚੱਲਣਾ, ਅਰਥ ਦੋਵਾਂ ਦੇ ਕੋਈ ਨਹੀਂ। ਹੁਕਮ ਥੋੜ੍ਹਾ ਔਖਾ ਹੈ, ਸ਼ੁਰੂਆਤ ਵਿੱਚ ਬੰਦੇ ਨੂੰ ਔਖਾ ਲੱਗਦਾ, ਹੁਕਮ ਦਾ ਅਰਥ ਹੁੰਦਾ ਜਿਹੜੀ ਚੀਜ਼ ਮੰਨਣੀ ਨਹੀਂ ਚਾਹੁੰਦਾ, ਪਰ ਬੰਦਾ ਕਹਿੰਦਾ ਚਲੋ ਹੁਕਮ ਹੈ, ਹੁਣ ਮੰਨਣਾ ਹੀ ਪੈਣਾ, 100% ਸਹਿਮਤ ਨਹੀਂ ਹੈ, ਪਰ ਜਦੋਂ ਹੁਕਮ ਹੋ ਜਾਏ ਉਦੋਂ ਮੰਨਣਾ ਪੈਂਦਾ, ਜਦੋਂ ਹੁਕਮ ਹੋਵੇ ਉਹ ਮੰਨਣਾ ਪੈਂਦਾ। ਕੋਈ ਵੀ ਜੱਜ ਦੇ ਸੁਣਾਏ ਹੋਏ ਹੁਕਮ ਉੱਤੇ ਸਜ਼ਾ ਸੁਣਨ ਵਾਲਾ ਖੁਸ਼ ਨਹੀਂ ਹੁੰਦਾ, ਪਰ ਜਦੋਂ ਹੁਕਮ ਹੋ ਜਾਏ ਉਹਨੂੰ ਮੰਨਣਾ ਪੈਂਦਾ। ਇਸ ਤਰ੍ਹਾਂ ਰੱਬ ਦਾ ਇੱਕ ਹੁਕਮ ਹੈ, ਮਹਾਰਾਜ ਨੇ ਕਿਹਾ ਉਹ ਤੈਨੂੰ ਮੰਨਣਾ ਔਖਾ ਲੱਗਣਾ, ਬਸ ਸਬਰ ਰੱਖ ਕੇ ਉਹਦਾ ਸ਼ੁਕਰ ਕਰੀ ਜਾਈ, ਜੋ ਕੁਝ ਉਹਨੇ ਦਿੱਤਾ ਉਹ ਦਾਤਾਂ ਚੇਤੇ ਕਰਕੇ ਸ਼ੁਕਰ ਕਰ, ਸ਼ੁਕਰ ਕਰਦਿਆਂ ਕਰਦਿਆਂ ਮਨ ਨੂੰ ਸਬਰ ਆਉਣਾ, ਇੱਕ ਦਿਨ ਉਹ ਤੇਰੇ ਜੀਵਨ ਵਿੱਚ ਘਟਨਾ ਜ਼ਰੂਰ ਘਟੇਗੀ।
ਜਿੱਦਣ ਰੱਬ ਦਾ ਹੁਕਮ ਹੁਕਮ ਨਹੀਂ ਰਹੇਗਾ, ਰਜਾ ਬਣ ਜਾਏਗੀ। ਰਜਾ ਦਾ ਅਰਥ ਹੈ ਉਹ ਸ਼ਬਦ ਜਿਹਨੂੰ ਬੰਦਾ ਹੱਸ ਕੇ ਪ੍ਰਵਾਨ ਕਰ ਲੈਂਦਾ। ਰਜਾ ਵਿੱਚ ਤੁਰ ਪੈਣਾ ਉਹ ਫਿਰ ਹੁਕਮ ਔਖਾ ਨਹੀਂ ਲੱਗਦਾ। ਹੁਕਮ ਮੰਨਣਾ ਔਖਾ ਹੈ, ਰਜਾ ਵਿੱਚ ਤੁਰਨਾ ਸੌਖਾ ਹੈ, ਪਰ ਉਹ ਤੁਰਦਾ ਜਿਹੜਾ ਪਹਿਲਾਂ ਗੁਰੂ ਦੇ ਦਿੱਤੇ ਦਾ ਸ਼ੁਕਰਾਨਾ ਕਰੇ ਅਤੇ ਮਨ ਵਿੱਚ ਸਬਰ ਆ ਜਾਏ। ਜਿੱਦਣ ਸਬਰ ਆ ਜਾਂਦਾ ਗੁਰੂ ਦੇ ਦਿੱਤੇ ਸ਼ੁਕਰਾਨੇ ਉਹਦੇ ਹੁਕਮ ਵਿੱਚ ਤੁਰਦਾ, ਉੱਦਣ ਗੁਰੂ ਉਹਨੂੰ ਲੋਕ ਦੇ ਬੰਧਨਾਂ ਤੋਂ ਵੀ ਮੁਕਤ ਕਰਦਾ ਅਤੇ ਗੁਰੂ ਦੀ ਜ਼ਿੰਮੇਵਾਰੀ ਹੈ ਪਰਲੋਕ ਵਿੱਚ ਵੀ ਮੁਕਤ ਕਰਦਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਬੰਦੀ ਛੋੜ ਪੁਰਬ ਤੁਸੀਂ ਪਰਸੋਂ ਨੂੰ ਮਨਾਉਣਾ। ਹਜ਼ੂਰ ਜਦੋਂ ਗਵਾਲੀਅਰ